ਤੁਹਾਨੂੰ ਸੰਤਰਾ ਦੀ ਇੱਥੇ ਵਿਸ਼ਾਲ ਦਿਖਾਵਾਂਗੇ ਕਿ ਸਾਡੇ ਕੋਲ ਕਿੰਨੇ ਤਰ੍ਹਾਂ ਦੇ ਸੰਤਰੇ ਹਨ। ਸਭ ਤੋਂ ਪਹਿਲੇ ਨੰਬਰ 'ਤੇ ਆਉਂਦਾ ਇਹ ਵਾਲਾ ਸੰਤਰਾ, ਜੋ ਕਿ ਮਿਠਾਸ ਵਿੱਚ ਤਾਂ ਸਾਨੂੰ ਵੀ ਨਹੀਂ ਪਤਾ ਕਿੱਦਾਂ ਦਾ ਹੁੰਦਾ, ਪਰ ਵਧੀਆ ਦੇਖਣ ਨੂੰ। ਉਸ ਤੋਂ ਬਾਅਦ ਸਾਡੇ ਕੋਲ ਦੂਸਰੇ ਨੰਬਰ 'ਤੇ ਪਾਇਆ ਜਾਂਦਾ ਇਹ ਵਾਲਾ ਸੰਤਰਾ, ਇਹਨੂੰ ਕਹਿੰਦੇ ਆ ਪ੍ਰਾਕਸੀਮ ਸੰਤਰਾ। ਇਹ ਸੰਤਰਾ ਦੇਖਣ ਦੇ ਵਿੱਚ ਤਾਂ ਛੋਟਾ ਲੱਗਦਾ, ਪਰ ਸਭ ਤੋਂ ਮਿੱਠਾ ਇਹੀ ਸੰਤਰਾ ਹੁੰਦਾ। ਇਹ ਸਾਨੂੰ ਕਲਰ ਵਿੱਚ ਵੀ ਸਭ ਤੋਂ ਜ਼ਿਆਦਾ ਔਰੇਂਜ ਹੀ ਦਿਸੂਗਾ। ਅਤੇ ਉਸ ਤੋਂ ਬਾਅਦ ਆਉਂਦਾ ਬਲੈਕੀਅਮ ਸੰਤਰਾ। ਇਹ ਆ ਸਾਡੇ ਕੋਲ ਬਲੈਕੀਅਮ ਸੰਤਰਾ, ਦੇਖਣ ਵਿੱਚ ਬਹੁਤ ਹੀ ਵੱਡਾ ਇਹ। ਇਹ ਟੁੱਟਤਾ ਗਿਆ ਪਰ ਇਹ ਪੂਰੀ ਤਰ੍ਹਾਂ ਪੱਕ ਚੁੱਕਾ ਹੈ, ਦੇਖੋ ਮੇਰੇ ਹੱਥ ਤੋਂ ਵੀ ਬਹੁਤ ਵੱਡਾ ਹੈ ਇਹ। ਅਤੇ ਆਹ ਨੋਰਮਲ ਸੰਤਰੇ ਦੀ ਫਾੜੀ, ਅਤੇ ਤੁਸੀਂ ਦੇਖ ਸਕਦੇ ਹੋ ਕਿ ਕਿਤਨਾ ਵੱਡਾ ਹੈ ਇਹ ਸੰਤਰਾ, ਵੈਕਿਊਮ ਸੰਤਰਾ। ਉਸ ਤੋਂ ਬਾਅਦ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ ਜੁਰਾਨੀਅਮ ਸੰਤਰਾ। ਇਹ ਹੈ ਸਾਡਾ ਜੁਰਾਨੀਅਮ ਸੰਤਰਾ, ਤੁਸੀਂ ਦੇਖ ਸਕਦੇ ਹੋ। ਇਹ ਦੇਖਣ ਵਿੱਚ ਥੋੜ੍ਹਾ ਪੀਲੇ ਰੰਗ ਦਾ ਹੈ ਅਤੇ ਸਾਈਜ਼ ਵਿੱਚ ਵੀ ਕਾਫੀ ਵੱਡਾ ਹੈ, ਦੇਖ ਸਕਦੇ ਹੋ ਤੁਸੀਂ। ਇਹ ਸਾਡੇ ਸੰਤਰੇ ਦੀ ਨੋਰਮਲ ਸੰਤਰੇ ਦੀ ਫਾੜੀ, ਅਤੇ ਉਸ ਤੋਂ ਵੱਡਾ ਹੈ ਇਹ। ਅਤੇ ਮਿਠਾਸ ਪ੍ਰਤੀ ਇਹ ਮਿੱਠਾ ਇਹਦੇ 'ਚ ਵੀ ਥੋੜ੍ਹਾ ਸਹੀ ਹੁੰਦਾ ਹੈ। ਅਤੇ ਸਾਡੇ ਕੋਲ ਇੱਕ ਹੋਰ ਸੰਤਰੇ ਦੀ ਵਰਾਇਟੀ ਹੈ ਜਿਸ ਨੂੰ ਅਸੀਂ ਸ਼ੂਗਰ ਫ੍ਰੀ ਸੰਤਰਾ ਕਹਿ ਦਿੰਦੇ ਹਾਂ। ਉਹਨੂੰ ਅਸੀਂ ਥੋੜ੍ਹਾ ਸਾਰੇ ਬਾਕੀ ਸੰਤਰਿਆਂ ਦੇ ਵਿੱਚੋਂ ਬਾਹਰਲੀ ਸਾਈਡ ਲਗਾਇਆ ਹੁੰਦਾ ਹੈ ਤਾਂ ਜੋ ਉਹਦੀ ਮਿਠਾਸ ਅਤੇ ਉਹਦੇ ਵਿੱਚ ਮਿਠਾਸ ਨਾ ਜਾ ਪਵੇ। ਹਾਂਜੀ, ਇਹ ਦੇਖਣ ਨੂੰ ਵੀ ਇਹ ਲੱਗਦਾ ਤਾਂ ਨੋਰਮਲ ਸੰਤਰਾ ਹੈ, ਪਰ ਇਸਦਾ ਜੋ ਨਾ ਇਸਦਾ ਪਲਾਂਟ ਹੈ ਨਾ ਉਹ ਬਹੁਤ ਹੀ ਵੱਡਾ ਹੋ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਮੈਂ ਥੱਲੇ ਖੜ੍ਹਾ ਕਿੰਨਾ ਛੋਟਾ ਦੇਖ ਰਿਹਾ, ਦੇਖ ਸਕਦੇ ਹੋ ਤੁਸੀਂ ਕਿੰਨਾ ਵੱਡਾ ਇਹ। ਇਹ ਸ਼ੂਗਰ ਫ੍ਰੀ ਸੰਤਰਾ ਇਹਨੂੰ ਕਹਿੰਦੇ ਆ ਜੀ। ਅਤੇ ਦੇਖਣ ਨੂੰ ਇਹ ਥੋੜ੍ਹਾ ਇੱਦਾਂ ਹੁੰਦਾ ਹੈ, ਦੇਖ ਸਕਦੇ ਹੋ ਤੁਸੀਂ, ਥੋੜ੍ਹਾ ਰਫੀ ਸਕਿਨ ਹੈ ਇਹਦੀ, ਦੇਖ ਸਕਦੇ ਹੋ ਜੇ ਤੁਸੀਂ ਲਾਗੇ ਤੋਂ ਦੇਖੋਗੇ ਤਾਂ ਤੁਹਾਨੂੰ ਦੇਖ ਸਕਦਾ ਇਹ, ਇਹਦੀ ਥੋੜ੍ਹੀ ਰਫੀ ਸਕਿਨ ਹੁੰਦੀ ਹੈ। ਹਾਂਜੀ, ਅਤੇ ਇਹ ਸ਼ੂਗਰ ਫ੍ਰੀ ਹੁੰਦਾ ਹੈ, ਇਸ ਵਿੱਚ ਮਿੱਠਾ ਨਹੀਂ ਹੁੰਦਾ ਹੈ। ਅਤੇ ਬਾਕੀ ਇਹ ਸੀਗੀਆਂ ਸਾਡੀਆਂ ਸੰਤਰੀਆਂ ਦੀਆਂ ਵਰਾਇਟੀਆਂ ਜਿਸ ਨੂੰ ਤੁਸੀਂ ਕਿਸੇ ਵੇਲੇ ਵੀ ਲੈ ਸਕਦੇ ਹਾਂ, ਖਰੀਦ ਸਕਦੇ ਹਾਂ। ਸਾਡੇ ਕੋਲ ਬਹੁਤ ਤਰ੍ਹਾਂ ਦੇ ਸੰਤਰੇ ਇੱਥੇ ਹੈ, ਦੇਖ ਸਕਦੇ ਹੋ ਤੁਸੀਂ ਸਾਲੇ ਦੁਆਲੇ ਸੰਤਰੇ ਹੀ ਸੰਤਰੇ ਹੈ। ਇੱਥੇ ਅਸੀਂ ਗਾਛੇ ਦੇ ਵਿੱਚ ਇੱਕ ਤੋੜ ਕੇ ਵੀ ਰੱਖੇ ਹੋਏ ਹੈ। ਇਹ ਇਹਦੇ ਵਿੱਚ ਇੱਕ ਤਾਂ ਯੂਰਾਨੀਅਮ ਅਤੇ ਇੱਕ ਤਾਂ ਦਲਸੈਰੀਅਮ, ਇਹ ਦੋ ਤਰ੍ਹਾਂ ਦੀ ਆ, ਦੇਖੋ ਤੁਸੀਂ ਦੇਖ ਸਕਦੇ ਹੋ। ਆਹ ਦੇਖੋ ਕਲਰ ਵਿੱਚ ਵੀ ਫਰਕ ਹੈ, ਇੱਕ ਆਹ ਦੇਖੋ ਇਹ ਯੂਰਾਨੀਅਮ ਹੈ, ਇਹ ਦੇਖਣ ਵਿੱਚ ਜ਼ਿਆਦਾ ਸੰਤਰੀਪਨ ਇਹਦੇ ਵਿੱਚ ਜ਼ਿਆਦਾ ਹੋਏਗਾ। ਅਤੇ ਇੱਕ ਕੈਲਸ਼ੀਅਮ ਹੈ, ਇਹ ਕੈਲਸ਼ੀਅਮ ਦੇ ਵਿੱਚ ਅਤੇ ਹਲਕਾ ਔਰੇਂਜ ਕਲਰ ਹੋਏਗਾ। ਸੋ ਤੁਸੀਂ ਇਸ ਵੀਡੀਓ ਨੂੰ ਬਹੁਤ ਇੰਜੋਏ ਕੀਤਾ, ਸੋ ਤਦ ਤੱਕ ਲਈ ਸ਼ੁਕਰੀਆ, ਥੈਂਕ ਯੂ, ਬਾਏ ਬਾਏ, ਗੁੱਡ ਬਾਏ।